सत श्री अकाल जी, बहुत बहुत स्वागत है तुहाडा सारिआं दा ही तुहाडे अपने यूट्यूब चैनल जसिफ्त ब्लॉग्स ते। सो अज दे इस ब्लॉग दे विच असीं खास करके धन्नवाद करदे आं कि साडे लहिंदा पंजाब जिहड़ा कि पाकिस्तान वाले पासे आ, उत्थों बहुत सारे जिहड़े अपने प्यार करन वाले साथी हैगे नेगे, बहुत सारा प्यार हैगा जिहड़ा साडे यूट्यूब चैनल नूं उधरों मिल रिहागा जी। असीं दुआवां करदे आं कि बेशक भारत पाकिस्तान की वंड ने पंजाब नू वंड दिता, पर साडे दिलां दे विच उधरले पंजाब प्रति ते उधरले पंजाब दा साडे पंजाब प्रति बहुत ज्यादा प्यार है, ते ओ प्यार था प्यार इसे तरह ही बरकरार रहूगा। सो अज दी इस वीडियो दे विच की कुछ खास होगा जी, बहुत कुछ होने जा रहा है जी खास। ते जेकर तुसी हले भी चैनल नू नहीं कीता सबसक्राइब तां कर लो, ये तुहाडा हक बनदा गा, जिम्मेवारी भी बनदी है। ते जिन्ना साथियों तक हले तक यूट्यूब चैनल अपना नहीं पहुंचिया, तुहाडा फर्ज बनदा कि उन्हां नूं इस वीडियो दे नाल जोड़ो। इधर देखो धी राणी गुरसिफ्त कौर पढ़ रही है किताबां, गुरमुखी दे अखरां दे नाल जुड़ी है। शीशे दे रूबरू होके अज जिहड़ियां गल्लां बातां करांगे, कुछ इहो जिहे लोकधारा नाल संबंधित गल्लां हैगियां ने जिहड़ियां सानूं अवचेतन मन दे विच हुंदा कि इह क्यों हुंदा, क्यों इस तरह कीता जांदा हैगा। हुण मेरियां सारियां भैणां हैगियां ने जिहड़ियां, उह कांटे भी पाउंदियां ने, कोका भी पाउंदियां ने, ते पैरां च झांजरां भी पाउंदियां ने। ब्याहां दे विच जन भी जांदी है, सरबाले भी बणदे ने, पाणी भी वारिया जांदा, ते पर तुहानूं इह पता इह क्यों कीता जांदा, इहदे पिछे की कारण सी। इस दे पिछे बहुत सारे कारण सी, उही कारण हैगे जिहड़े पहलां उह रवायत दे रूप दे विच चले, ते अज दे समें जिहड़ा असीं इस नूं इक रीतां बना लईआं। रवायतां किवें सी ते रीतां किस तरह बन गईआं जी, सब तो पहली गल असीं गल करदे आं। इक बड़े इंटरस्टिंग तजर्बा मैं तुहानूं दसदी आं कि विआह दे विच जंज क्यों जांदी आ। पिछले समें दे विच की हुंदा सी कि जदों विआउण जांदे हुंदे सी ਤਾਂ ਜਿਹੜਾ ਮੁੰਡੇ ਨੂੰ ਵਿਆਹਣ ਨਹੀਂ ਜਾਂਦੇ ਸੀ, ਸਗੋਂ ਕਿਸੇ ਦੀ ਕੁੜੀ ਨੂੰ ਜਿਹੜਾ ਲੈ ਕੇ ਆਉਂਦੇ ਸੀ, ਕੱਢ ਕੇ ਲੈ ਕੇ ਆਉਂਦੇ ਸੀ। ਉਹਨਾਂ ਦੇ ਨਾਲ ਲੜਨ ਦੇ ਲਈ ਇੱਕ ਸੈਨਾ ਹੁੰਦੀ ਸੀ। ਸੋ ਇਧਰਲੀ ਸੈਨਾ ਦੀ ਧਿਰ ਸੀ ਜਿਹੜੀ ਹੌਲੀ ਹੌਲੀ ਉਸ ਨੇ ਕਾਹਦਾ ਰੂਪ ਧਾਰਨ ਕਰ ਲਿਆ ਜੀ, ਜੰਜ ਦਾ। ਦੂਜੀ ਗੱਲ ਕਿ ਸਰਬਾਲਾ ਕਿਉਂ ਹੁੰਦਾ ਗਾ, ਕਹਿੰਦੇ ਜਦੋਂ ਜੰਗ ਲੱਗਦੀ ਹੈ ਕਈ ਵਾਰ ਕੀ ਹੁੰਦਾ ਸੀ ਜੀ, ਜਦੋਂ ਲਾੜਾ ਮਾਰਿਆ ਜਾਂਦਾ ਸੀ ਤਾਂ ਉਹਨਾਂ ਕੋਲੇ ਦੂਜਾ ਹੁੰਦਾ ਸੀ ਸਰਬਾਲਾ। ਸੋ ਲਾੜੇ ਦੇ ਮਰਨ ਦੀ ਹਾਲਤ ਦੇ ਵਿੱਚ ਸੋ ਉਹਨਾਂ ਦੀ ਕੁੜੀ ਨੂੰ ਵਿਆਹ ਕੇ ਲਿਆਉਣ ਦੀ ਜ਼ਿੰਮੇਵਾਰੀ ਹੁੰਦੀ ਸੀ ਸਰਬਾਲੇ ਦੀ। ਤੁਹਾਨੂੰ ਪਤਾ ਕਿ ਜਦੋਂ ਵੀ ਜੰਜ ਚੜ੍ਹਦੀ ਹੈ ਤਾਂ ਉਹਨਾਂ ਦੇ ਹੱਥ ਦੇ ਵਿੱਚ ਕੀ ਹੁੰਦੀ ਹੈ, ਫੜੀ ਕੀ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਗਾ। ਜੰਜ ਜਿਹੜੀ ਜੰਡ ਵੱਢਣ ਦੀ ਰਸਮ ਵੀ ਕੀਤੀ ਜਾਂਦੀ ਹੈ। ਦੇਖਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਕੀ ਸਾਡੇ ਲੋਕਧਾਰਾ ਸੱਭਿਆਚਾਰ ਬਾਰੇ ਇਹ ਗੱਲਾਂ ਪਤਾ ਨੇ। ਅਸੀਂ ਇਹਨਾਂ ਰੀਤਾਂ ਨੂੰ ਰਸਮਾਂ ਨੂੰ ਬੜੇ ਚਾਵਾਂ ਦੇ ਨਾਲ ਕਰਦੇ ਆਂਗੇ, ਪਰ ਇਸ ਪਿੱਛੇ ਕੀ ਕਾਰਨ ਨੇ ਉਹਨਾਂ ਨੂੰ ਜਾਣਨਾ ਵੀ ਹੈਗਾ ਬੜਾ ਜ਼ਰੂਰੀ। ਅਗਲੀ ਗੱਲ ਜੇਕਰ ਅਸੀਂ ਕਰੀਏ ਤਾਂ ਜਦੋਂ ਕੁੜੀ ਨੂੰ ਵਿਆਹ ਕੇ ਲਿਆਉਣ ਤੋਂ ਬਾਅਦ ਪਾਣੀ ਬਾਹਰ ਬੰਨੇ ਦੀ ਮਾਏ ਬੰਨਾ ਬੰਨੀ ਵਾਰ ਖੜੇ, ਉਹਨਾਂ ਬੰਨਾ ਤੇ ਬੰਨੋ ਤੇ ਬੰਨੇ ਤੋਂ ਜਿਹੜੀ ਲਾੜੇ ਦੀ ਮਾਂ ਹੈਗੀ ਆਗੀ ਪਾਣੀ ਵਾਰਦੀ ਆਗੀ। ਪਾਣੀ ਮਾਰਨ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਸਿਰ ਤੇ ਆਉਣ ਵਾਲੀ ਹਰ ਮੁਸੀਬਤ ਹੈ ਉਹ ਆਪਣੇ ਅੰਦਰ ਸਮਾ ਲੈਂਦੀ ਹੈ, ਉਸ ਨੂੰ ਵਾਰ ਦਿੰਦੀ ਹੈ। ਠੀਕ ਹੈ ਜੀ। ਫਿਰ ਕੀ ਹੁੰਦਾ ਗਾ ਕਿ ਜਦੋਂ ਘਰ ਆਉਂਦੀ ਹੈ ਉਹ ਔਰਤ, ਉਹਦੇ ਝਾਂਜਰਾਂ ਪਾਈਆਂ ਜਾਂਦੀਆਂ, ਕਾਂਟੇ ਪਾਏ ਜਾਂਦੇ ਨੇ। ਪਹਿਲਾਂ ਕੀ ਹੁੰਦਾ ਸੀ ਕਿ ਕੁਵਾਰੀਆਂ ਕੁੜੀਆਂ ਇਸ ਤਰ੍ਹਾਂ ਦਾ ਜਿਹੜਾ ਸ਼ਿੰਗਾਰ ਨਹੀਂ ਕਰਦੀਆਂ ਸੀ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਤੇ ਸਿਰਫ ਗੱਲ ਕਰੂੰਗੀ ਝਾਂਜਰਾਂ ਦੇ ਬਾਰੇ ਚ। ਜੇ ਤੁਹਾਡਾ ਚੰਗਾ ਰਿਸਪੋਂਸ ਰਿਹਾ ਤਾਂ ਮੈਂ ਦੂਜੀ ਵੀਡੀਓ ਦੇ ਵਿੱਚ ਕਾਂਟੇ ਕਿਉਂ ਪਾਏ ਜਾਂਦੇ ਨੇ, ਕੋਕਾ ਕਿਉਂ ਪਾਇਆ ਜਾਂਦਾ, ਉਹਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰੂੰਗੀ। ਗੱਲ ਕਰੀਏ ਝਾਂਜਰਾਂ ਦੀ, ਕਿਤੇ ਇਹਨਾਂ ਨੂੰ ਪੰਜੇਬਾਂ ਆਖਿਆ ਜਾਂਦਾ ਹੈ, ਕਿਤੇ ਚੇਨ ਆਖਿਆ ਜਾਂਦਾ, ਕਿਤੇ ਹੋਰ ਬਹੁਤ ਸਾਰੇ ਨਾਵਾਂ ਦੇ ਨਾਲ ਝਾਂਜਰਾਂ ਨੂੰ ਜਾਣਿਆ ਜਾਂਦਾ ਹੈ। ਜਦੋਂ ਕਹਿੰਦੇ ਉਸ ਕੁੜੀ ਨੂੰ ਵਿਆਹ ਕੇ ਲਿਆਂਦਾ ਜਾਂਦਾ ਸੀ ਤਾਂ ਉਹਦੇ ਝਾਂਜਰਾਂ ਪਹਿਣਾ ਦਿੱਤੀਆਂ ਜਾਂਦੀਆਂ ਸੀ, ਜਿੰਨਾ ਚਿਰ ਘਰੇ ਛਣ ਛਣ ਹੁੰਦੀ ਸੀ ਤਾਂ ਇਹ ਸਮਝ ਲਿਆ ਜਾਂਦਾ ਸੀ ਕਿ ਉਹ ਜਿਹੜੀ ਕੁੜੀ ਹੈ ਉਹ ਇੱਥੇ ਹੀ ਹੈਗੀ ਆ। ਜਦੋਂ ਕਈ ਵਾਰੀ ਛਣਕਾਹਟ ਨਾ ਸੁਣਦੀ ਤਾਂ ਸਮਝ ਲਿਆ ਜਾਂਦਾ ਸੀ ਕਿ ਉਸ ਨੂੰ ਜਿਹੜੇ ਉਹਦੇ ਪੇਕੇ ਹੈਗੇ ਲੈ ਗਏ। ਹੌਲੀ ਹੌਲੀ ਜਿਹੜੀਆਂ ਝਾਂਜਰਾਂ ਦਾ ਜਿਹੜਾ ਰੂਪ ਬਦਲ ਗਿਆ। ਅੱਜ ਕਹਿੰਦੇ ਆ ਨਾ, ਤੁਸੀਂ ਸਾਰਿਆਂ ਨੇ ਕਰਨ ਔਜਲੇ ਦਾ ਗੀਤ ਵੀ ਸੁਣਿਆ ਹੋਣਾ,
ਕਾਂਜਰਾ ਉਹ ਗੁਲਾਮੀ ਦਾ ਪ੍ਰਤੀਕ ਸੀ ਤੇ ਅੱਜ ਜਿਹੜਾ ਹਾਰ ਸ਼ਿੰਗਾਰ ਦਾ ਇਹ ਬਣ ਗਿਆ ਪ੍ਰਤੀਕ। ਸੋ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਣਾ ਜੀ। ਫਿਰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਾਂਗੇ, ਸੋਹਣੇ ਸੋਹਣੇ ਫੈਕਟਸ ਹੈਗੇ ਨੇ ਜਿਹੜੇ ਸਾਡੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਪਰ ਕਰਦੇ ਜ਼ਰੂਰ ਹਾਂ, ਉਹਨਾਂ ਬਾਰੇ ਦੱਸਾਂਗੇ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਪਰਮਾਤਮਾ ਦੀਨ ਦੁਨੀਆ 'ਤੇ ਵਸਦੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਅਤੇ ਤੁਹਾਡਾ ਫਰਜ਼ ਹੈ ਕਿ ਇਸ ਵੀਡੀਓ ਨੂੰ ਦੁਨੀਆ ਦੇ ਹਰ ਪੰਜਾਬੀ ਤੱਕ ਪਹੁੰਚਾ ਦਿਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।